ਜੈ ਬਾਬਾ ਸ਼੍ਰੀ ਚੌਂਕੀ ਤੇ ਬਾਬਾ ਨਰਵਾਨਾ ਜੀ ਸਮੂਹ ਨਗਰ ਪੰਚਾਇਤ ਲੋਈ ਵੱਲੋਂ ਜੋ 76ਵਾਂ ਲੋਈ ਦੁਸਹਿਰਾ ਖੇਡ ਮੇਲਾ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ। ਬਾਬਾ ਨਰਵਾਨਾ ਜੀ ਦੀ ਜੋ ਅਪਰੰਪਰਾ ਕਿਰਪਾ ਇਸ ਨਗਰ ਉੱਤੇ ਜੋ ਕਿ ਇਸ ਮੇਲੇ ਨੂੰ 76ਵੇਂ ਸਾਲ ਵਿਚ ਸਜਾਇਆ ਗਿਆ। ਇਸੇ ਤਰ੍ਹਾਂ ਬਾਬਾ ਨਰਵਾਨਾ ਜੀ ਬਾਬਾ ਜੀ ਆਪਣੀ ਰੱਖਣਾ ਸੁਰਬੀ ਹਰਿਆਣਾ ਤਿੰਨ ਨਵਰੋਈ ਦਰਮਿਆਨ ਜੋ 65 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਤੀਜਾ ਮੁਕਾਬਲਾ ਜੋ ਇਸ ਖੇਡ ਮੇਲੇ ਵਿਚ ਚੱਲ ਰਿਹਾ ਹੈ। ਬਾਬਾ ਜੀ ਸਾਰੇ ਖਿਡਾਰੀਆਂ ਉੱਤੇ ਮੇਹਰ ਭਰਿਆ ਵਰਤ ਰੱਖਣਾ ਤੇ ਇਹਨਾਂ ਉਸ ਦਿਨ ਦੁੱਗਣੀ ਰਾਹ ਚੌਕਣੀ ਤਰੱਕੀ ਬਖਸ਼ਣਾ ਤੇ ਨਸ਼ੇ ਪੱਤਿਆਂ ਦੂਰ ਰੱਖਣ ਜੀ। ਚਾਰੋ ਦੇ ਚਾਰੋ ਤਿਆਰ ਨੇ ਆਪਣੇ ਟੀਮ ਲਈ ਜੋੜ ਹੋਇਆ ਹੈ। ਕਬੱਡੀ ਪੌੜੀ ਮੁੰਡਾ ਜਿਹੜੇ ਤਿਆਰ ਹੁੰਦਾ ਹੈ ਫੇਰੀ ਪੱਤਾ ਜੋ ਮਿਹਰਬਾਨੀ ਕਰਕੇ ਹੋਣਗੀਆਂ ਜਿਹੜੀਆਂ ਟੀਮਾਂ ਅੱਜ ਇਸ ਕਬੱਡੀ ਕੱਪ ਤੇ ਖੇਡਣਗੀਆਂ ਸਾਰੀਆਂ ਟੀਮਾਂ ਦੇ ਵਿਚਕਾਰ ਦੁਨੀਆਂ ਦੇ ਕਹਿੰਦੇ ਮਹਿੰਗੇ ਮੁਲਦੇ ਪਲੇਅਰ ਟੀਮਾਂ ਕਬੱਡੀ ਲੋਕਲ ਦੀਆਂ ਜਿਹੜੇ ਸੀਮਿਤ ਮੈਚ ਜਿਹੜੇ ਕੁਆਟਰ ਫਾਈਨਲ ਮੈਚ ਖੇਡੇ ਜਾ ਰਹੇ ਹਰ ਇਸ ਤੋਂ ਬਾਅਦ ਮੈਚ ਖੇਡਿਆ ਜਾਵੇਗਾ। ਦਿਲਕੇ ਦਾ ਏਰੀਆ ਰੋਗਾ ਪਿੰਡ ਕੈਂਪਰ ਦਾ ਏਰੀਆ ਸ਼ਾਹ ਦਾ ਏਰੀਆ ਮੇਰੇ ਮਿੱਤਰੋ ਆ ਮੁੰਡੇ ਨੇ ਕਹਿੰਦੇ ਬਾਜੀ ਵੇਟ ਦੇ ਵਿੱਚ ਦੁਨੀਆਂ ਦੇ ਵਿੱਚ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਨਰਵਾਨ ਦਾਸ ਜੀ ਸਪੋਰਟਸ ਬਣਾਉਂਦੇ ਗੋਰਾ ਲੱਭਣ ਵਾਲਾ ਨਾਲ ਬੰਬੂ ਸਾਡਾ ਛੋਟਾ ਵੀਰਾ ਕਲਾਰ ਪਿੰਡ ਵਾਲਾ ਬੰਬੂ ਕਲਾਰ ਤੇ ਵਿਸ਼ਾਲ ਸ਼ਰਮਾ ਜੀ ਆਇਆਂ ਨੂੰ ਆਖਦੇ ਜੀ
ਵੀਰ ਚੰਦ ਖੁਰਮੀ ਜੀ, ਨੀਤੂ ਖੁਰਮੀ ਜੀ, ਉਹਦੇ ਨਾਲ ਸਰਦਾਰ ਗੁਰਪਿਆਰ ਸਿੰਘ ਜੀ, ਸਰਪੰਚ ਭੰਗਰਾ ਜੀ ਆਸਟ੍ਰੇਲੀਆ ਤੇ ਤਿੰਨੋ ਆਸਟ੍ਰੇਲੀਆ ਵੱਲੋਂ ਦੋਨੋਂ ਟੀਮਾਂ ਲਈ ਸਾਫਰ ਪਿਆ। ਜਿਹੜਾ ਸਾਫਾ ਘੋਸ਼ਣਾ ਕੀਤਾ ਗਿਆ ਲਾਭ ਸਿੰਘ ਜੀ ਤੇ ਸਰਦਾਰ ਅਮਰੀਕ ਸਿੰਘ ਜੀ, ਉਹਨਾਂ ਵੱਲੋਂ ਵੀ ਵੱਡੇ ਪਿਆਰ ਦੇ ਦੋਨੋਂ ਟੀਮਾਂ ਲਈ ਕੋਈ ਨਹੀਂ ਕਹਿੰਦੇ ਅਮਰੀਕ ਸਿੰਘ ਜੀ ਤੇ ਨਾਲ ਸਾਡੇ ਤਿੰਨੋ ਆਸਟ੍ਰੇਲੀਆ ਤੇ ਸੱਚੀ ਆਸਟ੍ਰੇਲੀਆ ਭਾਈ ਲਾਲ ਵਰਨਾ ਜਸਵੀਰ ਵੀਰੇ ਹੋਣੀ ਨੇ ਨਾਲ ਕਹਿੰਦੇ ਖਰਮੀ ਜੇਲਰ ਵਾਲੇ ਬਹੁਤ ਵੱਡਾ ਮਾਣ ਹੈ ਜੋ ਅੱਜ ਦੇ ਟੂਰਨਾਮੈਂਟ ਦੇ ਪੁੱਜੇ ਨੇ ਸਾਰੀਆਂ ਸਰਕਾਰ ਜੋ ਸ਼ਖਸੀਅਤਾਂ ਅੱਜ ਦੇ ਟੂਰਨਾਮੈਂਟ ਦਾ ਜਾਣ ਪਹਿਚਾਣ ਦੀ ਰਸਮ ਹੈ ਆਓ ਕਹਿੰਦੇ ਚਰਚਾ ਵੱਡੀ ਹੈ ਅੱਜ ਦੇ ਇਸ 76ਵੇਂ ਸਾਲ ਦਾ ਕਬੱਡੀ ਸਤਿਕਾਰ ਜੋ ਸ਼ਖਸੀਅਤਾਂ ਖੇਡ ਮੈਦਾਨ ਦੇ ਵਿੱਚ ਨੇ ਯੁੱਧਵੀਰ ਸਿੰਘ ਜੀ ਧਾਲੀਵਾਲ ਸਾਹਿਬ ਤੇ ਅਕਸਰ ਤੁਹਾਨੂੰ ਸੋਸ਼ਲ ਮੀਡੀਆ ਤੇ ਚਰਚਾ ਸੁਣੀ ਹੋਣੀ ਹੈ ਵੀ ਨਸ਼ਾ ਕਿੱਥੋਂ ਫੜਾਉਣਾ ਸ਼ੁਰੂ ਕਰਿਆ ਗਿਆ। ਇਸ ਪਿੰਡ ਦੇ ਪ੍ਰਬੰਧਕਾਂ ਨੇ ਪੂਰੀ ਮੁਹਿੰਮ ਜਿਹੜੀ ਇਸੇ ਪਿੰਡ ਤੋਂ ਸ਼ੁਰੂ ਹੋਈ ਹੈ ਤੇ ਪ੍ਰਬੰਧਕ ਕਮੇਟੀ ਆਈ ਹੈ ਵੱਡੇ ਇਹਦੇ ਪਿਆਰ ਪੋਜੇ ਕਰਕੇ ਗਈ ਹੈ। ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਵੱਡਾ ਮਾਣ ਸਾਡੇ ਲਈ ਵੀ ਲੜਕੀਆਂ ਦੀ ਟੀਮਾਂ ਲਈ 500 ਰੁਪਏ ਦੇ ਮਾਣ ਪੋਜੇ ਕਰਿਆ ਤੇ ਨਸ਼ਾ ਸ਼ਰਮ ਪ੍ਰਬੰਧਕ ਕਮੇਟੀ ਆਈ ਹੈ ਬਹੁਤ ਸਤਿਕਾਰ ਹੈ ਧੰਨਵਾਦ ਹੈ। ਖੇਡ ਮੈਦਾਨ ਦੇ ਵਿੱਚ ਇੱਕ ਯਾਦਗਾਰੀ ਸਨੈਪਰ ਸਾਡੇ ਆਪਣਾ ਪ੍ਰਧਾਨ ਲਾਲ ਵਰਗ ਜਸਵੀਰ ਠੇਕੇਦਾਰ ਆ ਵੱਡਾ ਵੀਰਾ ਜੱਸਾ ਸਾਡਾ ਕਲੱਬ ਦਾ ਪ੍ਰਧਾਨ ਹੈ ਨਾਲ ਕਹਿੰਦੇ ਨੇ ਨੰਬਰਦਾਰ ਸਾਹਿਬ ਗਿਆਨ ਚੰਦ ਬੰਟਾ ਜੀ, ਨਪਿੰਦਰ ਸਿੰਘ ਜੀ, ਹੁਸ਼ਨਪ੍ਰੀਤ ਨੰਬਰਦਾਰ ਆ ਲੜਕੀਆਂ ਦੀਆਂ ਟੀਮਾਂ ਨਾਲ ਸਾਡੇ ਖੁਰਮੀ ਸਾਹਿਬ ਇੱਕ ਯਾਦਗਾਰੀ ਸਨੈਪ ਹੋਣ ਜਾ ਰਹੀ ਹੈ ਤੇ ਬਹੁਤ ਬਹੁਤ ਧੰਨਵਾਦ ਆ। ਇਸ ਮੁਕਾਬਲੇ ਦੇ ਵਿੱਚ ਜੇਤੂ ਟੀਮ ਕਹਿੰਦੇ ਤਰੇ ਪਿੰਡ ਦੀ ਟੀਮ ਇੱਕ ਵਾਰੀ ਧਾੜੀਆਂ ਮਾਰ ਦੋ ਕਰਾ ਗਵਾਂਢ ਪਿੰਡ ਦੀ ਟੀਮ ਜੇਤੂ ਬਣੀ ਆ ਤਰੇ ਪਿੰਡ ਦੀ ਟੀਮ ਦੇਖੇ ਸਾਹਮਣੇ ਤੇ ਵੇਟ ਕਰੇ ਜੀ ਸਾਹਮਣੇ ਦੇਖੀ ਸਾਹਮਣੇ ਇੱਥੇ ਠੀਕ ਹੈ ਜੀ
ਵੇਟ ਕਰਿਓ ਜੀ। ਗੋਬਿੰਦ ਸਰਪੰਚ ਜਿੰਦਾ ਕ੍ਰਿਸ਼ਨ ਉਹਨਾਂ ਦੇ ਨਾਲ ਅਵਤਾਰ ਸਿੰਘ ਜੀ ਤਾਰੀਫਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਨੂੰ ਖੁਸ਼ੀਆਂ ਕਰਾਂਗੇ। ਇਹਨਾਂ ਮੁੰਡਿਆਂ ਨੇ ਜਿਹੜਾ ਅੱਗੇ ਰਾਜਾ ਸੱਤਰ ਦੇ ਵਿੱਚ ਜਾਨ ਲੱਗਦਾ ਹੈ, ਜਿਹੜਾ ਕਹਿੰਦੇ ਉਹਨਾਂ ਦਾ ਸਾਰੇ ਜੀ ਨੂੰ ਟੈਸਟ ਹੋਣਾ ਚਾਹੀਦਾ। ਸਾਹਮਣੇ ਦੇਖਿਆ ਜਰਾ ਜੀ ਰੱਖੇ ਫਿਰੇ ਦਾ ਟੈਸਟ ਹੋਣਾ ਚਾਹੀਦਾ। ਰਸਤਾ ਜਿਹੜਾ ਜੀ ਗੋਲਡੀ ਨੂੰ ਵਿਚਾਲੇ ਕਰ ਲੋ ਕਰਤਾਰ ਸਿੰਘ ਜੀ ਭਾਂਡਰੀ ਡੇਰਾ ਕਮੇਟੀ ਪੰਜਾਬ ਗਰਾਊਂਡ ਦੇ ਵਿੱਚ ਅਤੇ ਬਹੁਤ ਵੱਡੇ ਸਹਿਯੋਗ ਨੇ ਡੇਰਾ ਕਮੇਟੀ ਦੇ ਪ੍ਰਤਾਪ ਸਿੰਘ ਜੀ ਬਰਨਾ ਨਾਮ ਸਿੰਘ ਜੀ ਨੰਬਰਦਾਰ ਪੀਤ ਪ੍ਰਧਾਨ ਵੀ ਇਹ ਘੋੜਾ ਘੋੜੀ ਕਿੱਦਾਂ ਦੇ ਜਾਨਵਰਾਂ ਦਾ ਜੇ ਇਹਨਾਂ ਦੇ ਮੋਰ ਦੀ ਲੰਘ ਜਾਈਏ ਤਾਂ ਵੀ ਬਹੁਤ ਡਰ ਆ, ਜੇ ਪਿੱਛੇ ਦੀ ਲੰਘ ਜਾਈਏ ਨਾ ਤੇ ਕਦੇ ਪਿੱਛੋਂ ਨੀ ਕਦੇ ਛਾਲ ਮਾਰਦਾ। ਆ ਬੱਚੇ ਲਈ ਇਸ ਘੋੜੀ ਗਲਬਾਂ ਦੇ ਲਈ ਇੱਕ ਜ਼ੋਰਦਾਰ ਤਾੜੀ ਮਾਰਦੇ ਆਪਾਂ ਗੱਡ ਕੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਨੇ ਕਹਿੰਦੇ ਸਵਾਰੀਆਂ ਕੀਤੀਆਂ, ਇੱਕ ਜੰਗਲ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਇੱਕ ਤੰਬਾਕੂ ਦੇ ਬੂਟੇ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਘੋੜਾ ਰੁਕ ਗਿਆ ਸੀ ਕਿ ਉਹ ਗੁਰੂ ਦੀਆਂ ਫੌਜਾਂ ਕਹਿ ਦੀਏ ਪਰ ਆ ਬੱਚੇ ਦਾ ਵੀ ਦੇਖੋ ਕਿਹੜਾ ਜਿਗਰਾ ਕਿਵੇਂ ਇਹਨੇ ਸਿਖਾਇਆ ਹੋਣਾ ਇਸ ਜਾਨਵਰ ਨੂੰ। ਵਾਲਾ ਦਵਿੰਦਰ ਨਿਰਮਾਣ ਅਭਿਜੋਤ ਸਿੱਧੂ ਭਗਵੰਤ ਸਿੱਧੂ ਗੁਰਤੇਜ ਸਿੱਧੂ ਮਨਿੰਦਰ ਸਿੱਧੂ ਕੇਰਤੀ ਨਿਰਮਾਣ ਆਪਾਂ ਨੇ ਇਹ ਕਲੇ ਸਟਾਈ ਆ ਬਾਈ ਦਾ ਪੂਰਾ ਕਰਨਾ ਕਿ ਮਾਨ ਸਨਮਾਨ ਵੀ ਆ ਬਾਈ ਦਾ ਆਪਾਂ ਪੂਰਾ ਫੁੱਲ ਕਰਨਾ। ਉਧਰ ਬਿੱਜੀ ਇੰਗਲੈਂਡ ਜੱਸੀ ਇੰਗਲੈਂਡ ਕਾਲਾ ਟੱਕ ਡੱਬਾ ਤੇ ਦਵਿੰਦਰ ਕਹਿੰਦੇ ਨਿਰਮਾਣ ਦੀ ਯਾਰੀ ਹੈ ਕਿਆ ਹੈ
ਰਣਵੀਰ ਭੰਗੂ ਦਾ ਸਨਮਾਨ ਕਰਿਆ ਜਾ ਰਿਹਾ ਹੈ। ਵੀਰੇ ਟੈਕਨੀਕਲ ਗੇਮ ਕਰੀਏ ਗਈ ਐਨ ਕਦੇ ਘੋੜੀ ਦੇ ਉੱਤੇ ਬੜਾ ਔਖਾ ਹੁੰਦਾ ਆਖਣਾ ਤੇ ਘੋੜੀਆਂ ਨੂੰ ਸਿਖਲਾਈ ਦਿੰਦਾ ਉਹਨਾਂ ਨੂੰ ਪੜ੍ਹਾਉਂਦਾ ਹੈ। ਉਹ ਕੁਰਿੰਦਰ ਕਹਿੰਦੇ ਧਰਮ ਸਿੰਘ ਦਾ ਐਨ ਭਤੀਜਾ ਧਰਮ ਸਿੰਘ ਸਰਪੰਚ ਆ ਪਹਾੜਪੁਰੀਆ ਉਹਦੇ ਭਤੀਜੇ ਦਾ ਸਨਮਾਨ ਹੈ। ਕਾਕਾ ਤਗੜ ਵੀ ਪੁੱਜਾ ਹੋਇਆ ਨਾਲ ਗੁਰਜੀਤ ਵੀ ਪੁੱਜਾ ਹੋਇਆ ਪਹਾੜਪੁਰੀਆ ਗੁਰਦੀਪ ਪਹਿਲੇ ਵੀ ਆ ਗੋਰਾ ਰੱਬੋ ਜੀ ਥੋੜੀ ਵਪਾਰੀ ਦਾ ਮੁੰਡਾ ਗੁਰਜੀਵਨ ਸਿੰਘ ਜੀਵਨ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ। ਗੁਰਦੇਵ ਸਿੰਘ ਨੂਰ ਤੇ ਜੱਸਾ ਪ੍ਰਧਾਨ ਜੀ ਦੀ ਗੱਲ ਹੁੰਦੀ ਹੈ। ਰਾਜਵਿੰਦਰ ਸਿੰਘ ਰਾਜਾ ਹਰਿੰਦਰ ਸਿੰਘ ਮਿਲਦਾ ਠੇਕੇਦਾਰ ਤੇ ਗੁਰਜੰਟ ਸਿੰਘ ਠੇਕੇਦਾਰ ਵਿਸ਼ੇ ਤੌਰ ਤੇ ਧੰਨਵਾਦ ਕਰ ਰਹੇ ਹੈ। ਨਾ ਮੁਕਾਬਲਾ ਰੱਟਾ ਢੋਲੀ ਖੁਰਦ ਮੈਂ ਕਹਿੰਦਾ ਪਾਕਿਸਤਾਨ ਦੀ ਜੰਗਲਾਤ ਦਾ ਮੁਕਾਬਲਾ ਜਿਹੜਾ ਸ਼ੁਰੂ ਕਰਵਾ ਲਿਆ ਰਿਹਾ ਖੇਡ ਮੈਦਾਨ ਦੇ ਵਿੱਚ। ਇਧਰ ਭਰਾ ਗੁਰਤੇਜ ਸਿੱਧੂ ਮਨਿੰਦਰ ਸਿੱਧੂ ਤੇ ਰਣਧੀਰ ਨਿਰਮਾਣ ਹੋਣੀ ਇਹ ਸਾਰੇ ਸਾਡੇ ਭਰਾ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਿ ਅਸਾਂ ਨੇ ਜੱਗ ਤੇ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਖੱਟੀਆਂ ਬਸ ਯਾਰਾਂ ਦੀਆਂ ਯਾਰੀਆਂ ਖੱਟੀਆਂ ਯਾਰ ਭਰਾ ਮਿੱਤਰ ਪਿਆਰੇ ਜੱਸੇ ਬਾਈ ਨੇ ਕਹਿੰਦੇ ਜਿਗਰੀ ਯਾਰ ਅੱਜ ਪੂਰੇ ਇਲਾਕੇ ਭਰ ਦੇ ਵਿੱਚ ਪੁੱਜੇ ਹੋਏ ਨੇ ਕਿ ਯਾਰ ਸਾਨੂੰ ਯਾਰ ਨੀ ਭਰਾ ਸਿੱਧੇ ਰੱਬ ਨੇ ਨਗਰ ਖੇੜੋ